देख रहे हो जी फर्स्ट वे चैनल ते मैं थोड़ा अपना रिपोर्टर सवरणजीत सिंह असी अज पहुंचे हां पिंड कटाणा साहब जिथे अज आम आदमी पार्टी दे उम्मीदवार हरकला सानेवाल दे हरदीप सिंह मुंडिया जो कि कटाणा साहब नतमस्तक होए ने बहुत बड़ी लीड दे नाल जित प्राप्त कीती है सो अपना नाल गलबात करांगे कि कहणगे पार्टी दे रिलेटेड साहब का शुकराना किया सच्चे पातशाह के मालक की दया मेहर सदका ही बहुत वड्डे लीड नाल जित हुई है पंजाब च असली पंजाबियों की जित हुई है अज असली पंजाब नूं जे खुशहाल पंजाब बना सकती सी आम आदमी पार्टी बना सकती है तो पंजाबीयत ने पंजाबियों के बजुर्गों ने साडे बजुर्गों ने साडे भैन भरावां ने पूरा बहुत वड्डी लीड नाल जिहड़ी विश्वास सी उन्हां नूं आम आदमी पार्टी ते अज बहुत वड्डी लीड नाल जित प्राप्त हुई है और मैं अपने दिलों दिल दीआं गहराइयां चों पूरे अपने हलके दे बजुर्गों का मेरिया भैन भरावां का जिन्हां ने मैनूं इन्ना प्यार दिता इन्नी वड्डी लीड नाल जिताया उन्हां दा दिल दीआं गहराइयां चों धन्नवाद है और मैं उन्हां नाल वादा करदा कि जिहड़ियां उम्मीदां नाल तुसीं अज अपने भरा नूं अपने पुत्तर नूं कामयाब किया ये भरा पुत्तर निमाणा बन के सेवादार बन के ਤੁਹਾਡੀ ਸਾਰਿਆਂ ਦੀ ਸੇਵਾ ਕਰੂਗਾ ਹਰਦੀਪ ਜੀ ਪਤਾ ਲੱਗਿਆ ਸੀ ਭਾਵਕ ਹੋਏ ਸੀ ਪਿਤਾ ਨੂੰ ਯਾਦ ਕਰਕੇ ਕਿਉਂਕਿ ਫਾਦਰ ਸਾਹਿਬ ਮਿਲਟਰੀ ਸੀਗੇ ਦੇਸ਼ ਦੀ ਸੇਵਾ ਕੀਤੀ ਉਹਨਾਂ ਨੇ ਔਰ ਅੱਜ ਜੋ ਸਾਡੇ ਵਿਚਕਾਰ ਹੈ ਨਹੀਂ ਉਹਨਾਂ ਦੀ ਸੇਵਾ ਹੀ ਜੇ ਅੱਜ ਰੰਗ ਲਿਆਈ ਹੈ ਉਹਨਾਂ ਦੀ ਕੀਤੀ ਹੋਈ ਸੇਵਾ ਹੀ ਅੱਜ ਪਰਮਾਤਮਾ ਨੇ ਫਿਰ ਸਾਨੂੰ ਸੇਵਾ ਦਾ ਮੌਕਾ ਦਿੱਤਾ ਆਪਣੇ ਪੰਜਾਬ ਲਈ ਆਪਣੇ ਹਲਕੇ ਲਈ ਔਰ ਉਹਨਾਂ ਦੀ ਜਿਹੜੇ ਯਾਦ ਅੱਜ ਖੁਸ਼ੀ ਦੀ ਲਈ ਐਡੀ ਵੱਡੀ ਖੁਸ਼ੀ ਔਰ ਬਾਪ ਹਾਜ਼ਰ ਨਾ ਹੋਵੇ ਤਾਂ ਰੋਣ 'ਤੇ ਆ ਹੀ ਜਾਂਦਾ ਜੀ ਉਹਦੇ ਕਰਕੇ ਚਲੋ ਮਾਲਕ ਔਰ ਉਹਨਾਂ ਨੇ ਮਾਲਕ ਨੂੰ ਕਹਿ ਕੇ ਜੀ ਅੱਜ ਐਡੀ ਵੱਡੀ ਜਿੱਤ ਹੋਈ ਹੈ ਅਤੇ ਉਸ ਮੇਰੇ ਪਿਤਾ ਨੇ ਪਰਮਾਤਮਾ ਨੂੰ ਕਹਿ ਕੇ ਜਿੱਤ ਕਰਾਈ ਪਹਿਲ ਦੇ ਆਧਾਰ 'ਤੇ ਜਿਹੜੀ ਰੋਡ ਬੜ ਲੰਘ ਕੇ ਆਏ ਹਾਂ ਦੇਖ ਲਿਆ ਹਾਲ ਇਹਦਾ ਇਹ ਪਰਮਾਤਮਾ ਦੀ ਕਿਰਪਾ ਨਾਲ ਪਟਾਣਾ ਸਾਹਿਬ ਬਾਬਾ ਜੀ ਦਿਆਂ ਮੇਰੇ ਸਦਕਾਈ ਇਹ ਪਹਿਲਾਂ ਸਭ ਤੋਂ ਪਹਿਲਾਂ ਕੋਸ਼ਿਸ਼ ਹੈ ਪਹਿਲਾਂ ਬਣਾਵਾਂਗੇ ਅੱਛਾ ਮਾਤਾ ਜੀ ਕਹਿੰਦੇ ਸੀ ਵੀ ਕਿਉਂ ਨਹੀਂ ਲੜ ਸਕਦਾ ਹਾਂਜੀ ਜਦੋਂ ਮਾਤਾ ਜੀ ਕਹਿੰਦੇ ਸੀ ਕਿਉਂ ਨਹੀਂ ਲੜ ਸਕਦਾ ਤੂੰ ਲੜ ਸਕਦਾ ਮਾਤਾ ਜੀ ਦੇ ਮਾਤਾ ਜੀ ਨੇ ਇਹੀ ਅਸ਼ੀਰਵਾਦ ਪੁੱਤਰ ਲੜਨਾ ਜਿਹੜਾ ਜੇ ਲੜਨਾ ਸੱਚਾਈ ਲਈ ਲੜਨਾ ਜੇ ਇਲੈਕਸ਼ਨ ਲੜਨੀ ਆ ਸੇਵਾਦਾਰ ਬਣ ਕੇ ਲੜੀ ਔਰ ਸਤਿਗੁਰੂ ਦੀ ਦਇਆ ਮੇਰ ਸਦਕੇ ਸਤਿਗੁਰੂ ਨੂੰ ਹਰ ਵੇਲੇ ਹਾਜ਼ਰ ਨਾਜ਼ਰ ਸਮਝ ਕੇ ਲੜੀ ਔਰ ਬਾਕੀ ਪਰਮਾਤਮਾ ਨੇ ਗੁਰੂ ਸਾਹਿਬ ਨੇ ਹਰ ਵੇਲੇ ਨਾਂ ਰਹਿ ਕੇ ਐਡੀ ਵੱਡੀ ਜੰਗ ਲੜਾਈ ਔਰ ਬਹੁਤ ਵੱਡੀ ਲੀਨ ਅੱਜ ਜਿਤਾਇਆ ਜੋ ਗੁਰੂ ਸਾਹਿਬ ਦੀ ਦਇਆ ਨਾਲ ਸੀ ਔਰ ਹਰ ਵੇਲੇ ਗੁਰੂ ਸਾਹਿਬ ਨਾਲ ਆ ਹਾਂਜੀ ਪਹਿਲਾਂ ਤਾਂ ਗੁਰੂ ਸਾਹਿਬ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦੋਂ ਬਾਅਦ ਗੁਰੂ ਸਾਹਿਬ ਤੋਂ ਬਾਅਦ ਸ਼ੁਕਰਾਨਾ ਕਰਦੇ ਹਾਂ ਸਾਡੇ ਸਮੂਹ ਪੰਜਾਬੀ ਦਾ ਸੋ ਮਾਮਦਾ ਜਿਨ੍ਹਾਂ ਨੇ ਸਰਦਾਰ ਹਰਦੀਪ ਸਿੰਘ ਮੁੰਡਿਆਂ ਨੂੰ ਸਾਹਨੇਵਾਲ ਹਲਕੇ ਤੋਂ ਵੱਡੀ ਲੀਡ ਨਾਲ ਜਿਤਾ ਕੇ ਇੱਥੇ ਪਹੁੰਚਾਇਆ ਵਾ ਤਾਂ ਉਹਨਾਂ ਦਾ ਧੰਨਵਾਦ ਔਰ ਦੂਜਾ ਅਸੀਂ ਧੰਨਵਾਦ ਕਰਦੇ ਹਾਂ ਜਨਤਾ ਦਾ ਜਿਨ੍ਹਾਂ ਨੇ ਹਰਦੀਪ ਮੁੰਡਿਆਂ 'ਤੇ ਵਿਸ਼ਵਾਸ ਰੱਖ ਕੇ ਆਮ ਆਦਮੀ ਪਾਰਟੀ 'ਤੇ ਵਿਸ਼ਵਾਸ ਰੱਖ ਕੇ ਵੱਡਾ ਮੁਹੱਬਤ ਨਾਲ ਸਾਡੀ ਸਰਕਾਰ ਬਣਾਈ ਆ ਤਾਂ ਉਹਦਾ ਬਹੁਤ ਬਹੁਤ ਧੰਨਵਾਦ ਅਸੀਂ ਵਾਅਦਾ ਕਰਦੇ ਹਾਂ ਸਰਕਾਰ ਦੇ ਨਾਲ ਕਿ ਜੋ ਕੰਮ ਪਹਿਲ ਦੇ ਆਧਾਰ 'ਤੇ ਹਰ ਆਮ ਇਨਸਾਨ ਦੇ ਆਮ ਜੋ ਨਿੱਜੀ ਲੋੜਾਂ ਨੇ ਉਹ ਪਹਿਲ ਦੇ ਆਧਾਰ 'ਤੇ ਕੀਤੀਆਂ ਜਾਣਗੀਆਂ ਪੂਰੀਆਂ ਦੇਖੋ ਆਉਣ ਵਾਲੇ ਜੋ ਇੱਕ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਇੱਕ ਹੌਸਪੀਟਲ ਹੋ ਗਿਆ ਸਿੱਖਿਆ ਹੋ ਗਈ ਬਿਜਲੀ ਹੋ ਗਈ ਠੀਕ ਆ ਹੋਰ ਵੀ ਅਨੇਕਾਂ ਲੋੜਾਂ ਨੇ ਜੋ ਆਪਾਂ ਆਮ ਲੋਕਾਂ ਦੇ ਘਰ ਤੱਕ ਪਹੁੰਚਾਵਾਂਗੇ ਸੋ ਜਿਹੜੀਆਂ ਨਿੱਜੀ ਜਿਹਨੂੰ ਕਹਿੰਦੇ ਰੋਟੀ ਕੱਪੜਾ ਮਕਾਨ ਉਹ ਅਸੀਂ ਹਰ ਗਰੀਬ ਤੱਕ ਹਰ ਆਮ ਇਨਸਾਨ ਤੱਕ ਪਹੁੰਚਾਵਾਂਗੇ ਦੇਖੋ ਜੀ ਇਹ ਜਿੱਤ ਸੀ ਲੋਕਾਂ ਦੀ ਆਪਦੀ ਜਿਸ ਹਿਸਾਬ ਨਾਲ ਸਰਕਾਰਾਂ ਲੋਕਾਂ ਨਾਲ ਧੱਕਾ ਕਰਦੀਆਂ ਆ ਰਹੀਆਂ ਅਤੇ ਲੋਕ ਵੀ ਕਿਤੇ ਨਾ ਕਿਤੇ ਬਹੁਤ ਅੱਕ ਚੁੱਕੇ ਸਨ ਦੁੱਖ ਬਹੁਤ ਸੀ ਲੋਕਾਂ ਨੂੰ ਅਤੇ ਕਿਸੇ ਨਾ ਕਿਸੇ ਉਹ ਵੀ ਚਾਹੁੰਦੇ ਸੀ ਹੁਣ ਬਦਲਾਅ ਚਾਹੁੰਦੇ ਸੀ ਪੰਜਾਬ ਦੇ ਵਿੱਚ ਕਦੇ ਅਕਾਲੀਆਂ ਨੇ ਕਦੇ ਕਾਂਗਰਸੀਆਂ ਨੇ ਪੰਜਾਬ 'ਚ ਕਬਜ਼ਾ ਕੀਤਾ ਹੋਇਆ ਸੀ ਲੋਕਾਂ ਨੂੰ ਬੇਵਕੂਫ ਬਣਾ ਕੇ ਕਿ ਆਹ ਕਰ ਦਾਂਗੇ ਉਹ ਕਰ ਦਾਂਗੇ ਉਹਨਾਂ ਦੇ ਵਾਅਦੇ ਜਿਹੜੇ ਡਿਲੀਵਰ ਨਹੀਂ ਹੋ ਪਾ ਰਹੇ ਸੀ ਅਤੇ ਅੱਜ ਦਿੱਲੀ ਦੇ ਕੰਮਾਂ 'ਤੇ ਉਹਨਾਂ ਨੇ ਦੇਖਿਆ ਕਿ ਕੇਜਰੀਵਾਲ ਸਾਹਿਬ ਕਿਵੇਂ ਲੋਕਾਂ ਦੇ ਕੰਮਾਂ ਨੂੰ ਕਰ ਰਹੇ ਨੇ ਹਰ ਇੱਕ ਜਿਹੜਾ ਇਨਸਾਨ ਹੈ ਉਹਦੀ ਮੁੱਢਲੀਆਂ ਸਹੂਲਤਾਂ ਪੂਰੀਆਂ ਹੋ ਰਹੀਆਂ ਅਤੇ ਇਸ ਨੂੰ ਵੇਖ ਕੇ ਲੋਕਾਂ ਨੇ ਹੁਣ ਪੰਜਾਬ ਦੇ ਵਿੱਚ ਮਨ ਬਣਾਇਆ ਅਤੇ ਜਿਸ ਨਤੀਜੇ ਤੁਹਾਡੇ ਸਾਹਮਣੇ ਹੈ